ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹਾਪਫੁਲੀ ਸਾਰੇ ਵਧੀਆ ਹੋਵੋਗੇ ਸੋ ਅੱਜ ਕਾਫੀ ਟਾਈਮ ਬਾਅਦ YouTube ਤੇ ਵੀਡੀਓ ਅਪਲੋਡ ਕਰਨ ਲੱਗਿਆ ਸੋ ਲਾਸਟ ਟਾਈਮ ਜਦੋਂ ਇੱਕ ਪੋਡਕਾਸਟ ਆਈ ਸੀ ਮੇਰੀ ਹਰਪ੍ਰੀਤ ਵੀਰੇ ਨਾਲ ਸੋ ਉਹਦੇ ਵਿੱਚ ਮੈਂ ਸਾਰੀ ਆਪਣੀ ਸਟੋਰੀ ਮੈਂਸ਼ਨ ਕਰੀ ਸੀ ਤੇ ਮੈਨੂੰ ਇੱਕ ਦੋ ਜਣਾਂ ਨੇ ਪੁੱਛਿਆ ਸੀਗਾ ਕਿ ਬਾਈ ਜੇ ਤੁਸੀਂ ਜੋਬ ਕੁਇਟ ਕੀਤੀ ਸੀ ਉਦੋਂ ਕੀ ਦਿਮਾਗ 'ਚ ਚੱਲਦਾ ਸੀਗਾ ਸੋ ਉਹ ਇੱਕ ਪਾਰਟ ਜਿਹੜਾ ਜਿੱਥੇ ਬੰਦਾ ਜੋਬ ਛੱਡਦਾ ਕਿਉਂਕਿ ਇੱਕ ਲਾਈਫ ਦਾ ਬਹੁਤ ਵੱਡਾ ਡਿਸੀਜਨ ਹੁੰਦਾ ਸੋ ਅੱਜ ਆਪਾਂ ਉਹ ਡਿਸਕਸ ਕਰਾਂਗੇ ਕਿ ਮੇਰੇ ਕਦੋਂ ਦਿਮਾਗ ਚ ਆਇਆ ਕਿ ਕਿ ਹੁਣ ਟਾਈਮ ਜਿਹੜਾ ਹੈਗਾ ਕਿ ਜਦੋਂ ਮੈਂ ਫਾਈਨੈਂਸ਼ਲੀ ਫ੍ਰੀ ਹੋ ਸਕਦਾ ਮਤਲਬ ਆਪਦੀ ਜੌਬ ਛੱਡ ਕੇ ਆਪਦੇ ਬੇਸ ਤੇ ਮੈਂ ਟਰੇਡਿੰਗ ਤੇ ਰਿਲਾਇ ਕਰ ਸਕਦਾ ਸੋ ਉਸ ਟਾਈਮ ਬਾਰੇ ਅੱਜ ਗੱਲ ਕਰਾਂਗੇ ਸੋ ਗਾਇਸ ਅੱਜ ਤੋਂ ਲਗਭਗ 2-3 ਸਾਲ ਪਹਿਲਾਂ ਜਦੋਂ ਮੇਰੀ ਫਾਈਲ ਲੱਗੀ ਸੀਗੀ ਪੀਆਰ ਦੀ ਕੈਨੇਡਾ ਚ ਤੇ ਉਦੋਂ ਮੈਂ ਜੌਬ ਕਰਦਾ ਸੀਗਾ ਲਿਕਰ ਸਟੋਰ ਤੇ ਤੇ ਨਾਲ 711 ਸੋ ਉਦੋਂ ਮੈਂ ਜਦੋਂ ਟਰੇਡਿੰਗ ਕਰਦਾ ਸੀ ਨਾਲ ਆਈ ਥਿੰਕ ਮੇਰਾ ਇੰਨਾ ਕੁ ਸੀਗਾ ਕਿ ਜਿੰਨੇ ਕੁ ਮੈਂ ਜੌਬ ਤੋਂ ਬਣਾ ਰਿਹਾ ਸੀ ਉਤੋਂ ਜ਼ਿਆਦਾ ਮੈਂ ਟਰੇਡਿੰਗ ਤੋਂ ਬਣਾ ਰਿਹਾ ਸੀਗਾ ਪੈਸੇ ਸੋ ਸੀਗਾ ਉਹ ਸੀਗਾ ਮੇਰੀ ਪੀਆਰ ਲੱਗੀ ਸੀ ਸੋ ਉਦੋਂ ਇੰਨਾ ਸੌਖਾ ਨਹੀਂ ਸੀਗਾ ਕਿ ਮੈਂ ਜੋਬ ਛੱਡ ਕੇ ਆਪ ਦਾ ਟਰੇਡਿੰਗ ਤੇ ਰਿਲਾਇ ਕਰ ਸਕਦਾ ਪਰ ਜਦੋਂ ਮੇਰੀ ਜਿਹੜੀ ਪੀਆਰ ਹੋ ਗਈ ਅਪਰੂਵ ਅਪਰੂਵਲ ਆ ਗਿਆ ਐਕਚੁਅਲੀ ਅਪਰੂਵਲ ਨਹੀਂ ਆਇਆ ਸੀ ਮੇਰੀ ਐਕਸਪ੍ਰੈਸ ਐਂਟਰੀ ਚ ਲੱਗੀ ਸੀਗੀ ਫਾਈਲ ਸੋ ਉਦੋਂ ਮੈਂ ਸਸਕੇਚੁਅਨ ਤੋਂ BC ਮੂਵ ਹੋ ਗਿਆ ਸੋ ਉਦੋਂ ਮੈਂ ਲਗਭਗ ਜੋਬ ਜਿਹੜੀ ਹੈ ਮੈਂ ਛੱਡ ਕੇ ਆਇਆ ਸੀਗਾ ਸੋ ਦਿਸ ਵਾਸ ਬੈਕ ਇਨ 2021 ਤੇ ਐਕਚੁਅਲੀ ਪਹਿਲਾਂ ਮੈਂ ਛੱਡ ਸਕਦਾ ਸੀ ਬਸ ਇੱਕ ਹੀ ਰੀਜ਼ਨ ਸੀ ਪੀਆਰ ਤੇ ਉਦੋਂ ਬਾਅਦ ਜਦੋਂ ਮੈਂ ਸਸਕੇਚੁਆਨ ਆਇਆ ਸੌਰੀ BC ਆਇਆ ਉਦੋਂ ਪਹਿਲਾਂ ਮੇਰਾ ਇਰਾਦਾ ਸੀਗਾ ਕਿ ਕੰਸਟਰਕਸ਼ਨ ਦੇ ਵਿੱਚ ਹਨਾ ਬੰਦਾ ਜਾ ਕੇ ਇਹਦੇ ਵਿੱਚ ਕੰਸਟਰਕਸ਼ਨ ਦਾ ਬਿਜ਼ਨਸ ਇਹ ਵੀ ਕਾਫੀ ਵਧੀਆ ਹੈਗਾ ਕਿਉਂਕਿ ਸਰੀ ਚ ਜੇ ਦੇਖੀ ਤਾਂ ਆਪਣੇ ਪੰਜਾਬੀ ਜਿਹੜੇ ਕਾਫੀ ਗਰੋਅ ਕੀਤੇ ਆ ਕੰਸਟਰਕਸ਼ਨ ਚ ਤੇ ਮੇਰਾ ਕਜ਼ਨ ਬ੍ਰਦਰ ਕਰਦਾ ਸੀਗਾ ਕੰਸਟਰਕਸ਼ਨ ਦਾ ਕੰਮ ਸੋ ਮੈਨੂੰ ਸੀਗਾ ਕਿ ਉਹਦੇ ਨਾਲ ਰਲ ਕੇ ਇੱਕ ਇਧਰਲੀ ਸਾਈਡ ਵੀ ਪਿਆ ਜਾ ਸਕਦਾ ਸੋ ਟਰੇਡਿੰਗ ਵੀ ਨਾਲ ਚੱਲੀ ਹੋਊਗੀ ਨਾਲ ਇਹ ਵੀ ਚੱਲੀ ਹੋਊਗਾ ਸੋ ਮੈਂ ਡੇਢ ਦੋ ਮਹੀਨੇ ਆ ਕੇ ਸਰੀ ਕੰਸਟਰਕਸ਼ਨ ਤੇ ਲਾਏ ਤੇ ਪਰ ਦਾ ਕੰਮ ਕੀਤਾ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਆਈ ਕਿ ਫਿਰ ট্রেਡਿੰਗ ਵਾਲੀ ਔਖੀ ਆ ਕਿਉਂਕਿ ਸਵੇਰੇ ਕੰਮ ਹੁੰਦਾ ਸੀਗਾ ਉਹੀ ਮਾਰਕੀਟ ਟਾਈਮ ਹੁੰਦਾ ਸੀ ਸੋ ਜਿਹੜਾ ਟਾਈਮ ਕਨਫਲਿਕਟ ਆ ਨਾ ਉਹਦੇ ਕਰਕੇ ਮੈਨੂੰ ਟਰੇਡਿੰਗ ਤੋਂ ਦੂਰ ਹੋਣਾ ਪੈਂਦਾ ਸੀਗਾ ਸੋ ਇਵੈਨਚੁਅਲੀ ਮੈਂ ਫਿਰ ਉਹ ਵੀ ਛੱਡਤਾ ਫਿਰ ਮੈਂ ਉਹ ਆਈਡੀਆ ਡ੍ਰੌਪ ਕਰਤਾ ਕਿਉਂਕਿ ਹੁਣ ਇਹਦੇ ਵਿੱਚ ਕੰਸਟਰਕਸ਼ਨ 'ਚ ਨਹੀਂ ਜਾਣਾ ਹੈਗਾ ਉਸ ਤੋਂ ਬਾਅਦ ਮੈਂ ਪਾਰਟ ਟਾਈਮ ਟਰੇਡਿੰਗ ਦੇ ਨਾਲ ਮਹੀਨਾਕ ਮੈਂ ਸਿਕਿਉਰਿਟੀ ਤੇ ਸੋਚਿਆ ਕਿ ਚੱਲ ਯਾਰ ਵਿਲੇ ਬਹਿਣ ਨਾਲੋਂ ਹਣਾ ਬੰਦਾ ਸਿਕਿਉਰਿਟੀ ਕਰ ਲੈਂਦਾ ਸੋ ਜਦੋਂ ਮੈਂ ਸਿਕਿਉਰਿਟੀ ਤੇ ਗਿਆ ਉੱਥੇ ਵੀ ਨਾਈਟ ਸ਼ਿਫਟ ਹੁੰਦੀ ਸੀ ਫਿਰ ਦਿਨੇ ਜਦਾਂ ਨੀਂਦ ਆਉਂਦੀ ਸੀ ਸੋ ਫਿਰ ਫਾਈਨਲੀ ਮੈਂ ਉਹ ਵੀ ਡ੍ਰੌਪ ਕਰਤਾ ਸੋ ਜਿਹੜੀਆਂ ਇਹ ਮੇਰੀਆਂ ਜੌਬ ਸੀਗੀਆਂ ਇਹ ਐਕਚੁਅਲੀ ਐਦਾਂ ਨਹੀਂ ਕਿ ਮੈਂ ਇਹਨਾਂ ਤੇ ਰਿਲਾਇਅ ਕਰਨਾ ਚਾਹੁੰਦਾ ਸੀ ਇਹ ਜਸਟ ਇਸ ਕਰਕੇ ਸੀਗੀਆਂ ਕਿ ਮੈਂ ਆਪ ਦੇ ਆਪ ਨੂੰ ਬਿਜ਼ੀ ਰੱਖ ਸਕਾਂ ਥੋੜਾ ਦੇਰ ਵਿੱਚ ਵਿੱਚ ਮੈਂ ਨਾਲ ਕਦੇ ਡਿਲੀਵਰੀਜ਼ ਕਰਨੀਆਂ ਜਾਂ ਸਕਿਪ ਦੇ ਡਿਸ਼ਸ ਕਰਨ ਲੱਗ ਜਾਣਾ ਪਰ ਇਵੈਂਚੁਅਲੀ ਮੈਂ ਜਦੋਂ ਸੋਚਿਆ ਕਿ ਯਾਰ ਇਹ ਕਰਕੇ ਠੀਕ ਆ ਬੰਦਾ ਹੋਣਾ ਤਾਂ ਫਿਰ ਫੁੱਲ ਟਾਈਮ ਦਾ ਮਤਲਬ ਇਹ ਆ 100% ਦੇਣਾ ਪੈਂਦਾ ਆਪਦਾ ਟਾਈਮ ਜਿਹੜਾ ਦਿਨ ਰਾਤ ਇੱਕ ਕਰਕੇ ਦੇਣਾ ਪੈਂਦਾ ਸੋ ਇਵੈਂਚੁਅਲੀ 2021 ਦੇ ਵਿੱਚ ਮੈਂ ਫਾਈਨਲੀ ਇਹ ਡਿਸਾਈਡ ਕਰ ਲਿਆ ਸੀਗਾ ਕਿ ਮੈਂ ਹੁਣ ਜੌਬ ਨਹੀਂ ਕਰਨੀ ਹੈਗੀ ਸੋ ਮੈਂ ਟ੍ਰੇਡਿੰਗ ਤੇ ਹੀ ਰਿਲਾਈ ਕਰ ਰਿਹਾ ਹਾਂ ਉਹਦਾ ਆਲਮੋਸਟ 2.5 ਸਾਲ ਹੋ ਗਏ ਹੁਣ ਤੇ ਉਸ ਤੋਂ ਬਾਅਦ ਜਿਹੜੀ ਲਾਈਫ ਆ ਕਾਫੀ ਚੇਂਜ ਹੋ ਗਈ ਆ ਕਿਉਂਕਿ ਬਹੁਤ ਸਾਰੇ ਫੈਕਟਰ ਆ ਜਦੋਂ ਤੁਸੀਂ ਜੌਬ ਕਰਦੇ ਆ ਉਹ ਤੁਹਾਨੂੰ ਨਾਲ ਲੈ ਕੇ ਚੱਲਣੇ ਪੈਂਦੇ ਆ ਹੁਣ ਇਹ ਆ ਮੈਂ ਟਰੈਵਲ ਕਰ ਸਕਦਾ ਕਿਤੇ ਵੀ ਇੰਡੀਆ ਜਾਣਾ ਤਿੰਨ ਚਾਰ ਮਹੀਨੇ ਉੱਥੇ ਲਾ ਕੇ ਆਇਆ ਸੀਗਾ ਪਿਛਲੇ ਸਾਲ ਵੀ 6 ਮਹੀਨੇ ਲਾਏ ਸੀਗੇ ਸੋ ਇੱਕ ਇਹ ਬਹੁਤ ਪੋਜ਼ਿਟਿਵ ਫੈਕਟਰ ਆ ਫੈਮਿਲੀ ਨਾਲ ਸਪੈਂਡ ਕਰ ਸਕਦੇ ਆ ਪਰ ਇਹਦੇ ਵਿੱਚ ਰਿਸਕ ਵੀ ਹੁੰਦੇ ਆ ਕਿਉਂਕਿ ਜੇ ਤੁਸੀਂ ਜੌਬ ਕਰਦੇ ਆ ਤੁਹਾਨੂੰ ਪਤਾ ਕਿ ਤੁਹਾਡਾ ਜਿਹੜਾ ਮੰਥਲੀ ਜਾਂ 2 ਵੀਕਲੀ ਪੇਚ ਆਉਣਾ ਹੈ ਹਨਾ ਪਰ ਟਰੇਡਿੰਗ ਦੇ ਵਿੱਚ ਐ ਨਹੀਂ ਹੈਗਾ ਟਰੇਡਿੰਗ ਚ ਹੁਣ ਜਦੋਂ ਲਾਸਟਲੀ ਮੇਰੇ 2-3 ਮਹੀਨੇ ਬੜੇ ਖਰਾਬ ਰਹੇ ਆ ਸੋ ਇਹਦੇ ਵਿੱਚ ਤੁਹਾਨੂੰ ਪੈਸੇ ਦੇਣੇ ਵੀ ਪੈ ਜਾਂਦੇ ਆ ਐਸੀ ਮੰਥ ਆਉਂਦੇ ਆ ਜਿਨ੍ਹਾਂ ਕੋਲੋਂ ਪੈਸੇ ਦੇਣੇ ਪੈਂਦੇ ਆ ਰਾਈਟ ਤੇ ਈਵਨ ਤੁਸੀਂ ਆਪ ਦਾ 100% ਦਿੰਦੇ ਆ ਸਵੇਰੇ ਉੱਠਦੇ ਆ ਟਰੇਡ ਕਰਦੇ ਆ ਪਰ ਸਟਿਲ ਮਾਰਕੀਟ ਜਿਹੜੀ ਹੈ ਤੁਹਾਡੇ ਤੋਂ ਪੈਸੇ ਲੈ ਜਾਂਦੀ ਹੈ ਬਟ ਜੇ ਤੁਸੀਂ ਜੌਬ ਕਰਦੇ ਆ ਤਾਂ ਪਤਾ ਤੁਹਾਨੂੰ ਪੇਚ ਐ ਕੌਣਾ ਸੋ ਕਿਤੇ ਨਾ ਕਿਤੇ ਪੋਜ਼ਿਟਿਵ ਨੈਗੇਟਿਵ ਪੱਖ ਦੋਨੋਂ ਹੁੰਦੇ ਆ ਪਰ ਇਹ ਆ ਜਿਹੜਾ ਜਦੋਂ ਮੈਂ ਟਰੇਡਿੰਗ ਸਟਾਰਟ ਕੀਤੀ ਸੀਗੀ ਇਹੀ ਸੋਚ ਕੇ ਕੀਤੀ ਸੀ ਮੈਂ ਫਾਈਨੈਂਸ਼ਲੀ ਫ੍ਰੀ ਹੋਣਾ ਮਤਲਬ ਕਿਸੇ ਦੇ ਥੱਲੇ ਲੱਗ ਕੇ ਕੰਮ ਨਹੀਂ ਕਰਨਾ ਸੋ ਇਵੈਂਚੁਅਲੀ ਉਹ ਚੀਜ਼ ਅਚੀਵ ਹੋਈ ਆ ਉਸ ਤੋਂ ਬਾਅਦ ਰਫ ਪੈਚ ਚੰਗਾ ਮਾੜਾ ਟਾਈਮ ਜਿਹੜਾ ਉਹ ਤਾਂ ਆਉਂਦਾ ਰਹਿੰਦਾ ਪਰ ਮੈਨੂੰ ਇਹ ਆ ਕਿ ਮੇਰੇ ਖਰਚੇ ਜਿਹੜੇ ਕੰਟਰੋਲਡ ਆ ਮੈਂ ਕੋਈ ਬਾਲੀ ਮਹਿੰਗੀ ਗੱਡੀ ਨਹੀਂ ਰੱਖੀ ਤੇ ਕੋਈ ਮੈਂ ਬਾਲੇ ਮਹਿੰ ਕਰ ਸਕਦਾ ਤੇ ਟ੍ਰਾਈ ਕਰ ਰਿਹਾ ਮੈਂ ਹੋਰ ਜਦਾਂ ਇਹਨੂੰ ਡਾਈਵਰਸੀਫਾਈ ਕਰਨ ਦੀ ਸਵਿੰਗ ਅਕਾਊਂਟ ਪਲੱਸ ਮੇਰੇ ਮਿਡ ਡੇ ਅਕਾਊਂਟ ਚੱਲਦੇ ਰਹਿੰਦੇ ਆ ਜਿਹੜਾ ਮੇਰਾ ਮੇਨ ਅਕਾਊਂਟ ਹੈਗਾ ਉਹ ਤਾਂ ਹੈਗਾ ਹੀ ਆ ਰਾਈਟ ਸੋ ਮੈਨੂੰ ਇਹ ਹੀ ਹੈ ਕਿ ਮੇਰੇ ਅਕਾਊਂਟ ਗਰੋ ਹੋਣ ਤਾਂ ਕਿ ਉਹਦੇ ਚੋਂ ਮੈਂ ਜਿਹੜੀ ਮੇਰੀ ਇਨਕਮ ਉਹ ਜਨਰੇਟ ਹੋ ਸਕੇ ਕਿ ਲੈਟਸ ਸੁਪੋਜ਼ ਜੇ ਮੇਰੇ ਮਾਰਨਿੰਗਸ ਨਹੀਂ ਸਹੀ ਜਾਂਦੀਆਂ ਮਿਡ ਡੇਜ਼ ਵਧੀਆ ਜਾਣ ਉਸ ਤੋਂ ਬਾਅਦ ਸਵਿੰਗਸ ਵਧੀਆ ਜਾਣ ਰਾਈਟ ਸੋ ਪ੍ਰੋਪਰ ਐਂਟਰੀ ਐਗਜ਼ਿਟ ਐਂਡ ਐਨਾਲਿਸਿਸ ਕਰਕੇ ਮੈਂ ਉਹਦੇ ਤੇ ਟਾਈਮ ਸਪੈਂਡ ਕਰ ਰਿਹਾ ਤੇ ਹੁਣ ਤੱਕ ਟੂ ਬੀ ਓਨੈਸਟ ਬਹੁਤ ਵ ਪਰ ਉਸ ਟੋਰੀਟੀ ਤੇ ਥੋੜੀ ਮੈਂ ਬੈਕ ਸਟੋਰੀ ਦੱਸਣਾ ਚਾਹੁੰਨਾ ਕਿ ਜਦੋਂ ਮੈਂ ਇਹ ਜੌਬ ਪਹਿਲਾਂ ਜਦੋਂ ਮੈਂ ਜੌਬ ਕਰਦਾ ਸੀਗਾ ਉਦੋਂ ਇਹ ਮੈਂ ਡਿਸਾਈਡ ਨਹੀਂ ਸੀ ਕਰਿਆ ਕਿ ਇੰਨੀ ਛੇਤੀ ਮੈਂ ਜੌਬ ਛੱਡ ਦੂੰਗਾ ਕਿਉਂਕਿ ਇੱਕ ਡਰ ਹੁੰਦਾ ਬੰਦੇ ਦੇ ਮਨ 'ਚ ਜੇ ਤੁਸੀਂ ਇੱਕ ਮੰਥਲੀ ਪੇ ਚੈੱਕ ਤੇ ਰਿਲਾਇ ਕਰਦੇ ਆ ਤੁਹਾਨੂੰ ਪਤਾ ਹੁੰਦਾ ਮੇਰੇ ਖਰਚੇ ਇੰਨੇ ਆ ਮੇਰੀ ਇਨਕਮ ਕਿੰਨੀ ਆ ਹਣਾ ਪਰ ਜੇ ਤੁਸੀਂ ਜੌਬ ਛੱਡ ਦਿੰਨੇ ਆ ਉਦੋਂ ਪ੍ਰੋਬਲਮ ਇਹ ਆਉਂਦੀ ਤੁਹਾਨੂੰ ਖਰਚਿਆਂ ਦਾ ਉਹ ਤੇ ਪਤਾ ਹੁੰਦਾ ਪਰ ਤੁਹਾਨੂੰ ਇਨਕਮ ਦਾ ਨਹੀਂ ਪਤਾ ਕਿ ਤੁਸੀਂ ਟਰੇਡਿੰਗ ਚ ਕਿੰਨੀ ਕ ਕੱਢਣੀ ਹੈ ਰਾਈਟ ਸੋ ਇੱਕ ਬਹੁਤ ਵੱਡਾ ਡਿਸੀਜਨ ਸੀਗਾ ਮੇਰੇ ਲਈ ਪਰ ਜਦੋਂ ਮੈਂ ਦੇਖਿਆ ਆਪਦੇ ਆਪ ਨੂੰ ਕਿ ਮੈਂ ਮੇਰੇ ਕੋਲ 6 ਮਹੀਨੇ ਦੀਆਂ ਸੇਵਿੰਗਸ ਹੈਗੀਆਂ ਸੋ ਸਭ ਤੋਂ ਵੱਡੀ ਚੀਜ਼ ਆ ਜਦੋਂ ਤੁਸੀਂ ਜੌਬ ਛੱਡਣੀ ਹੈ ਚਾਹੇ ਬਿਜ਼ਨਸ ਕਰ ਰਹੇ ਹੋ ਚਾਹੇ ਕੋਈ ਵੀ ਕੰਮ ਕਰ ਰਹੇ ਹੋ ਮੇਕ ਸ਼ੋਰ ਤੁਹਾਡੇ ਕੋਲ 6 ਮਹੀਨਿਆਂ ਜਾਂ ਸਾਲ ਦੀਆਂ ਸੇਵਿੰਗਸ ਹੋਣ ਸੋ ਮੇਰੇ ਕੋਲ 6 ਮਹੀਨੇ ਦੀਆਂ ਸੇਵਿੰਗਸ ਮੈਂ ਸਾਈਡ ਤੇ ਕੱਢ ਕੇ ਚੱਲਿਆ ਸੀ ਕਿ ਜੇ ਮੇਰੇ ਕੋਲ ਕੁਝ ਨਹੀਂ ਹੈਗਾ ਮੈਨੂੰ ਟਰੇਡਿੰਗ ਤੋਂ ਕੋਈ ਫਾਇਦਾ ਨਹੀਂ ਹੁੰਦਾ ਐਟਲੀਸਟ ਆਣੀ ਕਸ ਦੇ ਕੱਲ ট্রেਡਿੰਗ ਸਟਾਰਟ ਕੀਤੀ ਤੇ ਅ ਅੱਜ ਮੈਂ ਜੋਬ ਛੱਡਦਾ ਘੱਟੋ ਘੱਟ ਤੁਹਾਨੂੰ 2 2.5 ਸਾਲ ਲੱਗ ਜਾਂਦੇ ਆ ਇਸ ਲੈਵਲ ਤੱਕ ਪਹੁੰਚਣ ਨੂੰ ਜਿੱਥੇ ਤੁਸੀਂ ਡਿਸਾਈਡ ਕਰਨਾ ਕਿ ਓਕੇ ਹੁਣ ਮੇਰਾ ਟਾਈਮ ਹੋ ਗਿਆ ਹੁਣ ਮੈਂ ਹੀ ਡਿਸਾਈਡ ਕਰ ਸਕਦਾ ਕਿ ਮੈਂ ਜੋਬ ਛੱਡ ਸਕਦਾ ਪਲੱਸ ਮੇਰੀ ਜਿਹੜੀ ਇੱਕ ਪੋਜ਼ਿਟਿਵ ਚੀਜ਼ ਸੀ ਕਿ ਮੈਂ ਕੋਈ ਬਹੁਤ ਹਾਈ ਪੇਇੰਗ ਜੋਬ ਨਹੀਂ ਸੀ ਕਰ ਰਿਹਾ ਬੇਸਿਕ ਪੇ ਤੇ ਮੈਂ ਕੰਮ ਕਰ ਰਿਹਾ ਸੀਗਾ ਲਿਕਰ ਸਟੋਰ ਬੇਸਿਕ ਪੇ ਕਰ ਰਹੀ ਸੀ ਮੇਰੀ ਉੱਥੋਂ ਪੀਆਰ ਹੋਈ ਆ ਤੇ ਦੂਜਾ ਮੇਰਾ ਗੈਸ ਸਟੇਸ਼ਨ ਤੇ 711 ਤੇ ਸੀਗਾ ਕੰਮ ਸੋ अगेन ਬੇਸਿਕ ਪੇ ਤਾਂ ਕਰਕੇ ਮੈਨੂੰ ਜੋਬ ਛੱਡਣਾ ਇਨ ਖੜ ਨਹੀਂ ਲੱਗਿਆ ਪਰ ਜਿਹੜੇ ਹੁਣ ਪ੍ਰੋਫੈਸ਼ਨਲ ਕਈ ਫਾਈਨੈਂਸ਼ੀਅਲ ਸੈਕਟਰ ਚ ਬੈਂਕ ਚ ਕੋਈ ਕੰਮ ਕਰ ਰਿਹਾ ਕੋਈ ਕਿਤੇ ਮੈਨੇਜਿੰਗ ਮੈਨੇਜਮੈਂਟ ਦੇ ਵਿੱਚ ਆ ਮੈਨੇਜਰ ਆ ਹਨ ਜਾਂ ਕੋਈ ਵਧੀਆ ਪੋਸਟ ਤੇ ਆ ਉਹਦੇ ਲਈ ਇਹ ਡਿਸੀਜਨ ਲੈਣਾ ਬਹੁਤ ਔਖਾ ਮੈਨੂੰ ਲੱਗਦਾ ਕਿਉਂਕਿ ਇੱਕ ਉਸ ਲੈਵਲ ਦੀ ਜੌਬ ਜਿਹੜੀ ਆ ਉਹ ਛੱਡ ਕੇ ਫਿਰ ਤੁਸੀਂ ਟਰੇਡਿੰਗ ਤੇ ਰਿਲਾਇ ਕਰਦੇ ਆ ਕੋਈ ਹੋਰ ਚੀਜ਼ ਤੇ ਰਿਲਾਇ ਕਰਦੇ ਆ ਫਿਰ ਲੈਟ ਸਪੋਜ਼ ਉਹ ਵਰਕ ਆਊਟ ਨਹੀਂ ਕਰਦੀ ਫਿਰ ਉਸ ਲੈਵਲ ਦੀ ਜੌਬ ਪਾਉਣੀ ਜਿਹੜੀ ਆ ਉਹਦੇ ਲਈ ਬਹੁਤ ਔਖਾ ਆ ਤੁਹਾਨੂੰ ਸਟਰਗਲ ਕਰਨੀ ਪੈਂਦੀ ਆ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਫਿਊਚਰ ਦੇ ਵਿੱਚ ਉਹਦੀਆਂ ਪੋਸਟ ਜਿਹ ਇਹ ਨਹੀਂ ਹੋਊਗੀ ਪਰ ਮੇਰੇ ਕੇਸ ਦੇ ਐਸਾ ਕੁਝ ਨਹੀਂ ਸੀ ਮੈਂ ਕੈਸ਼ੀਅਰ ਸੀਗਾ ਸੋ ਕੈਸ਼ੀਅਰ ਤੋਂ ਬੇਸਿਕ ਪੇ ਤੋਂ ਸਦਾ ਟ੍ਰੇਡਿੰਗ ਤੇ ਆ ਗਿਆ ਟ੍ਰੇਡਿੰਗ 'ਚ ਮੈਨੂੰ ਪਤਾ ਸੀ ਕਿ ਇੰਨਾ ਸਕੋਪ ਹੈਗਾ ਕਿ ਇਹਨੂੰ ਮੈਂ ਅਗੇ ਡਾਈਵਰਸੀਫਾਈ ਕਰ ਸਕਦਾ ਹਾਂ ਮੈਂ ਗਰੋ ਕਰ ਸਕਦਾ। ਸੋ ਟਰਾਈ ਇਹੀ ਆ 2-2 ਢਾਈ ਸਾਲ ਹੋ ਗਏ ਵਧੀਆ ਚੱਲੀ ਜਾਂਦਾ। ਸੋ ਗਾਇਜ਼ ਇਹੀ ਸੀਗੀ ਮੇਰੀ ਅੱਜ ਦੀ ਸਟੋਰੀ ਤੇ ਹੋਪਫੁਲੀ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਊਗਾ ਕਿ ਹਾਂ ਮੈਂ ਕਿੱਦਾਂ ਡਿਸਾਈਡ ਕੀਤਾ ਕਿੰਨਾ ਈਜ਼ੀ ਸੀਗਾ ਮੇਰੇ ਲਈ ਜੌਬ ਛੱਡਣਾ ਤੇ ਬਾਕੀ ਜਿਹੜੀ ਐ ਏਦਾਂ ਦੀਆਂ ਵੀਡੀਓਜ਼ ਆ ਉਹ ਆਉਂਦੀਆਂ ਰਹਿਣਗੀਆਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜੇ ਤੁਹਾਡਾ ਕੋਈ ਕੁਐਸਚਨ ਆ ਉਹ ਪੁੱਛ ਸਕਦੇ ਆ ਜਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ